ਲੁਧਿਆਣਾ ਦੇ ਡੁਗਰੀ ਰੋਡ ਤੇ ਬਣ ਰਹੇ ਸ਼ਰਾਬ ਦੇ ਠੇਕੇ ਨੂੰ ਅੱਜ ਨਗਰ ਨਿਗਮ ਵੱਲੋਂ ਇੱਕ ਵੱਡੀ ਕਾਰਵਾਈ ਕਰਦਿਆਂ ਪੀਲਾ ਪੰਜਾ ਚਲਾ ਕੇ ਤੋੜ ਦਿੱਤਾ ਗਿਆ। ਮੌਕੇ ਤੇ ਪਹੁੰਚੇ ਨਗਰ ਨਿਗਮ ਦੇ ਅਧਿਕਾਰੀਆਂ ਨੇ ਖੁਲਾਸਾ ਕੀਤਾ ਕਿ ਨਾਜਾਇਜ਼ ਕਬਜ਼ਾ ਕਰਕੇ ਇਸ ਠੇਕੇ ਨੂੰ ਬਣਾਇਆ ਜਾ ਰਿਹਾ ਸੀ। ਉਹਨਾਂ ਨੇ ਕਿਹਾ ਕਿ ਪਹਿਲਾਂ ਵੀ ਇਸ ਤੇ ਕਾਰਵਾਈ ਕੀਤੀ ਜਾ ਚੁੱਕੀ ਹੈ। ਉੱਥੇ ਮੌਕੇ ਤੇ ਪੁੱਜੇ ਅਧਿਕਾਰੀਆਂ ਨੇ ਦੱਸਿਆ ਕਿ ਸੜਕ ਦੀ ਥਾਂ ਤੇ ਨਾਜਾਇਜ਼ ਕਬਜ਼ਾ ਕਰਕੇ ਸ਼ਰਾਬ ਦੇ ਠੇਕੇ ਨੂੰ ਬਣਾਇਆ ਜਾ ਰਿਹਾ ਸੀ ਅਤੇ ਠੇਕੇ ਦੀ ਜੋ ਬੇਸਮੈਂਟ ਬਣਾਈ ਗਈ ਸੀ ਉਸ ਦਾ ਰਸਤਾ ਸੜਕ ਤੋਂ ਵੀ ਹੇਠਾਂ ਉਤਾਰਿਆ ਗਿਆ ਸੀ ਜੋ ਕਿ ਗੈਰ ਕਾਨੂੰਨੀ ਹੈ, ਜਿਸ ਕਰਕੇ ਇਸ ਗੈਰ ਕਾਨੂੰਨੀ ਉਸਾਰੀ ਨੂੰ ਅੱਜ ਤੋੜ ਦਿੱਤਾ ਗਿਆ। ਇਲੀਗਲ ਤੌਰ ਦੇ ਉੱਤੇ ਇੱਥੇ ਡੁਗਰੀ ਰੋਡ ਦੇ ਉੱਤੇ ਠੇਕੇ ਦੀ ਉਸਾਰੀ ਹੋ ਰਹੀ ਹੈ। ਫਰੰਟ ਜੋ ਪਾਰਕਿੰਗ ਹੋਣਾ ਚਾਹੀਦੀ ਆ ਉਹਦੇ ਵਿੱਚ ਵਿਦਆਊਟ ਐਨੀ CLU ਅਪਰੂਵਲ ਕੰਸਟਰਕਸ਼ਨ ਹੋ ਰਹੀ ਸੀ ਅਤੇ ਉੱਥੇ ਅਸੀਂ ਕਾਰਵਾਈ ਕੀਤੀ। ਬੇਸਮੈਂਟ ਦੇ ਵਿੱਚ ਐਕਚੁਲੀ ਕੀ, ਇਹਨਾਂ ਦਾ ਜਿਹੜਾ ਬੇਸਮੈਂਟ ਨੂੰ ਰੈਂਪ ਉੱਤਰ ਰਿਹਾ ਉਹ ਰੋਡ ਪੋਰਸ਼ਨ ਦੇ ਵਿੱਚੋਂ ਉੱਤਰ ਰਿਹਾ, ਉਹਨੂੰ ਰੋਡ ਪੋਰਸ਼ਨ ਨੂੰ ਆਪਣੀ ਪ੍ਰੋਪਰਟੀ ਲਈ ਯੂਜ਼ ਕਰ ਰਹੇ ਹੋ ਤਾਂ ਉੱਥੇ ਪੱਟਿਆ ਹੋਇਆ, ਜਿਹੜਾ ਆਪਣੇ ਰੈਂਪ ਦੀ ਸਲੋਪ ਆ ਉਹ ਆਪਣੇ ਪਲੋਟ ਦੇ ਬਾਉਂਡਰੀ ਦੇ ਅੰਦਰ ਲੈ ਕੇ ਜਾਣ ਦਿੱਤਾ ਹੋਇਆ ਜੀ। ਪਹਿਲਾਂ ਇੱਕ ਵਾਰੀ ਪਹਿਲਾਂ ਵੀ ਡੈਮੋਲੇਸ਼ਨ ਕਰ ਚੁੱਕੇ ਹਾਂ ਜੀ ਸਟਾਰਟਿੰਗ ਲੈਵਲ 'ਤੇ। ਬਿਲਕੁਲ ਜਾਂਦੇ ਹਾਂ ਜੀ, ਜੋ ਨਵੀਂ ਕੰਸਟਰਕਸ਼ਨ ਕੋਈ ਜਿਹੜੀ ਇਲੀਗਲ ਚੱਲਦੀ ਆ, ਅਨਆਥੋਰਾਈਜ਼ ਚੱਲਦੀ ਆ, ਕੋਈ ਵਾਇਲੇਸ਼ਨ ਹੁੰਦੀ ਆ, ਜਾਂਦੇ ਹਾਂ, ਜ਼ਰੂਰ ਜਾਂਦੇ ਹਾਂ, ਡੇਲੀ ਰੂਟੀਨ ਦੇ ਵਿੱਚ ਕਰਦੇ ਹਾਂ। ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਦੀ ਰਿਪੋਰਟ।